ਮੈਡਮ, ਜਿਹੜਾ ਇਹਨੇ ਤੇਰੀ ਕਾਫ਼ੀ ਜ਼ਿਆਦਾ ਮਸਲਾ ਭਖਿਆ ਹੋਇਆ ਜੀ ਕਿ ਪੰਜਾਬ ਦੇ ਅੰਦਰ ਆਂਗਣਵਾੜੀ ਸੈਂਟਰਾਂ ਦੇ ਵਿੱਚ ਕਾਫ਼ੀ ਜ਼ਿਆਦਾ ਜਿਹੜਾ ਖਾਣਾ ਉਹ ਖਰਾਬ ਪਹੁੰਚ ਰਿਹਾ, ਚਾਹੇ ਉਹ ਖਿਚੜੀ ਲਾ ਲਓ, ਚਾਹੇ ਤੁਸੀਂ ਉਹ ਕਹਿ ਲਓ ਕਿ ਪੰਜੀਰੀ ਹੈ। ਡਾਕਟਰ ਧਰਮਵੀਰ ਗਾਂਧੀ ਉਹਨਾਂ ਨੇ ਵੀ ਤੁਹਾਨੂੰ ਲੈਟਰ ਲਿਖੀ ਹੈ ਔਰ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਇੱਕ ਚਿੱਠੀ ਕੇਂਦਰ ਨੂੰ ਲਿਖੀ ਹੈ ਔਰ ਇੱਥੋਂ ਤੱਕ ਕਿ ਤੁਹਾਡੇ ਆਪਣੇ ਮਹਿਕਮੇ ਦੇ ਅਫਸਰ ਵੀ ਇਸ ਗੱਲ ਨੂੰ ਲੈ ਕੇ ਹਾਮੀ ਭਰ ਰਹੇ ਨੇ ਕਿ ਖਰਾਬ ਖਾਣਾ ਜਿਹੜਾ ਆ ਰਿਹਾ, ਔਰ ਆਂਗਣਵਾੜੀ ਵਰਕਰ ਵੀ ਇਸ ਗੱਲ ਦੀ ਹਾਮੀ ਭਰ ਰਹੇ ਨੇ, ਬਹੁਤ ਥਾਵਾਂ ਤੋਂ ਵੀਡੀਓ ਵੀ ਆਈਆਂ ਨੇ। ਮੈਡਮ, ਇਹ ਕੀ ਕਾਰਨ ਹੈ ਜੀ ਖਰਾਬ ਖਾਣਾ ਜਿਹੜਾ ਉਹ ਜਾ ਰਿਹਾ ਹੈਗਾ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਔਰ ਜਿਹੜਾ ਅਫਸਰ ਤੁਹਾਨੂੰ ਇਸ ਤੋਂ ਜਾਣੂ ਕਰਵਾ ਰਿਹਾ ਜੀ, ਕਹਿੰਦੇ ਉਹਨੂੰ ਸਸਪੈਂਡ ਕੀਤਾ ਗਿਆ ਜੀ? ਆਂਗਣਵਾੜੀ ਵਰਕਰ ਵੱਲੋਂ ਬਹੁਤ ਸਾਰੇ ਆਉਣਾ ਸੀ ਕਿ ਜਿਹੜਾ ਪੰਜੀਰੀ ਹੈ, ਪੰਜੀਰੀ ਦੇ ਟੇਸਟ ਦੇ ਵਿੱਚ ਮਤਲਬ ਸਾਨੂੰ ਫਰਕ ਲੱਗਦਾ, ਔਰ ਉਹਦੇ ਤੇ ਮੈਂ ਮਹਿਕਮੇ ਨੂੰ ਵੀ ਹਦਾਇਤ ਦਿੱਤੀ ਸੀ ਵੀ ਇਹ ਮਿਲਟ ਤੋਂ ਤਿਆਰ ਕੀਤੀ ਜਾਂਦੀ ਹੈ, ਇੰਸਟਰਕਸ਼ਨਸ ਆਫ ਗਵਰਨਮੈਂਟ ਆਫ ਇੰਡੀਆ ਵੀ ਉਹਨਾਂ ਨੇ ਕਿਹਾ ਕਿ ਮਿਲਟਸ ਐਡ ਕਰੋ, ਤਾਂ ਮਿਲਟਸ ਐਡ ਕਰਨ ਦੇ ਨਾਲ ਜਿਹੜਾ ਪ੍ਰਕਾਸ਼ ਮਸਾਲੇ ਵਾਲੇ ਹੈ, ਕੋਈ ਪ੍ਰਾਈਵੇਟ ਫਰਮ ਹੈ ਜਿਨ੍ਹਾਂ ਤੋਂ ਇਹ ਖਾਣਾ ਜਿਹੜਾ ਸਾਰਾ ਆ ਰਿਹਾ ਜੀ। ਕਹਿੰਦੇ ਕਿ ਜਦੋਂ ਮੈਂ ਮਹਿਕਮੇ ਨੂੰ ਸ਼ਿਕਾਇਤ ਕੀਤੀ ਤਾਂ ਉਹ ਪ੍ਰਾਈਵੇਟ ਫਰਮ ਵਾਲਾ ਮੈਨੂੰ ਫੋਨ ਕਰਕੇ ਕਹਿ ਰਿਹਾ ਕਿ ਯਾਰ ਤੂੰ ਸਾਡੀਆਂ ਸ਼ਿਕਾਇਤਾਂ ਕਿਉਂ ਕਰ ਰਹੇ? ਦੇਖੋ ਜੀ, ਹਾਲੇ ਤੱਕ ਕੋਈ ਵੀ ਸ਼ਿਕਾਇਤ ਇਹਨਾਂ ਵੱਲੋਂ ਸਾਨੂੰ ਪ੍ਰਾਪਤ ਨਹੀਂ ਹੋਈ, ਮੇਰੇ ਤੱਕ ਤਾਂ ਕੁਛ ਨਹੀਂ ਪਹੁੰਚਿਆ। ਉੱਥੇ ਕੁਝ ਅਫਸਰਾਂ ਦੀ ਜੁੰਡਲੀ ਇਹੋ ਜਿਹੀ ਹੈ ਜਿਹੜੀ ਮੰਤਰੀ ਸਾਹਿਬ ਤੱਕ ਸੱਚ ਨਹੀਂ ਪਹੁੰਚਣ ਦਿੰਦੀ। ਮੈਂ ਕਿਸੇ ਕੋਈ ਅਫਸਰ ਮੇਰੇ ਨੇੜੇ ਨਹੀਂ, ਕੋਈ ਦੂਰ ਨਹੀਂ, ਮੈਂ ਹੁਣ ਵੀ ਇਮੀਡੀਏਟਲੀ ਇਸ 'ਤੇ ਐਕਸ਼ਨ ਲਵਾਂਗੀ ਜਿੱਥੇ ਵੀ, ਜੇ ਉਹ ਇਹ ਗੱਲ ਕਹਿ ਰਿਹਾ ਸੀ ਅਫਸਰ ਵੀ ਪੈਟਰੋਲ ਕਰ ਲਵਾਂਗੇ, ਕਿਹੜੇ ਅਫਸਰ ਆ ਜਿਹੜੇ ਇਹੋ ਜਿਹੇ ਗਲਤ ਮਤਲਬ ਸਰਕਾਰ ਦੀ ਇਮੇਜ ਖਰਾਬ ਕਰਨ ਦੇ ਵਿੱਚ ਲੱਗੇ ਹੋਏ ਆ ਵੀ ਜੇ ਖਾਣਾ ਗਲਤ ਆ ਤਾਂ ਉਹ ਸਾਨੂੰ ਰਿਪੋਰਟ ਨਾ ਕਰੋ, ਮੈਂ ਬਿਲਕੁਲ ਕਿਸੇ ਨੂੰ ਵੀ ਨਹੀਂ ਬਖਸ਼ਾਂਗੀ। ਜਿਹੜਾ ਅਫਸਰ ਨੇ ਤੁਸੀਂ ਕਹਿ ਰਹੇ ਹੋ ਕਿ ਡਿਸਿਪਲਿਨ ਇਨਡਿਸਿਪਲਿਨ ਕ੍ਰੀਏਟ ਕੀਤਾ, ਉਹਦੇ 'ਤੇ ਚਲੋ ਕਾਰਵਾਈ ਹੋ ਗਈ, ਜਿਹੜੀ ਖਰਾਬ ਖਾਣੇ ਵਾਲੀ ਗੱਲ ਸਾਹਮਣੇ ਆਈ ਹੈ ਕਿ ਉਹ ਪ੍ਰਾਈਵੇਟ ਫਰਮ 'ਤੇ ਵੀ ਕੋਈ ਕਾਰਵਾਈ ਕੀਤੀ ਜਾਊ ਜਾਂ ਨਹੀਂ? ਆਰਕਫੈਟ ਨੂੰ ਵੀ ਚਿੱਠੀ ਲਿਖੀ ਔਰ ਉਹ ਕਹਿ ਰਹੇ ਆ ਕਿ ਜਿਹੜੀ ਪ੍ਰਾਈਵੇਟ ਫਰਮ ਤੋਂ ਲੈ ਰਹੇ ਆ, ਅਪਣਾ ਰਹੇ ਆ, ਉਹਦਾ ਵੇਟ ਮਿਲਕਫੈਟ ਨੂੰ ਵੀ ਦੇ ਰਹੀ ਹੈ, ਉਹ ਹਿਮਾਚਲ 'ਚ ਵੀ ਦੇ ਰਹੀ ਹੈ। ਹਿਮਾਚਲ 'ਚ ਕਹਿੰਦੇ ਉਹ ਬਲੈਕ ਲਿਸਟ ਹੋਈ ਹੈ ਜੀ ਕੰਪਨੀ, ਏਦਾਂ ਦੀ ਵੀ ਗੱਲ ਸਾਹਮਣੇ ਆ ਰਹੀ ਹੈ। ਫਿਲਹਾਲ ਮੈਨੂੰ, ਮੈਂ ਇਹਦੀ ਡਿਟੇਲ ਉਹਨਾਂ ਤੋਂ ਨਹੀਂ ਲਈ, ਮਾਰਕਫੈਟ ਵਾਲੇ ਬੈਟਰ ਜਾਣਦੇ ਹੋਣਗੇ, ਪਰ ਜੇ ਉਹ ਕਰ ਰਹੇ ਆ ਤਾਂ ਉਹਨਾਂ 'ਤੇ ਵੀ ਕਾਰਵਾਈ ਹੋਣੀ। ਇੱਕ ਮੈਡਮ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਕਹਿੰਦੇ ਕਿ ਪਹਿਲਾਂ ਦੇਸੀ ਘਿਓ ਦੀ ਪੰਜੀਰੀ ਜਾਂਦੀ ਸੀ ਤੇ ਹੁਣ ਜਿਹੜੀ ਆ ਉਹ ਵੀ ਬਦਲ ਦਿੱਤੀ ਗਈ ਹੈ ਤੇ ਉਹ ਵੀ ਰਿਫਾਈਂਡ ਦੀ ਹੁਣ ਜਿਹੜਾ ਖਾਣਾ ਭੇਜਣ ਲੱਗ ਗਿਆ ਜੀ। ਸੁਖਵਿੰਦਰ ਜੀ, ਇਹ ਕਾਫੀ ਦੇਰ ਤੋਂ ਚੱਲ ਰਿਹਾ ਸੀਗਾ। ਇੱਕ ਗੱਲ ਇਹ ਵੀ ਸਾਹਮਣੇ ਆਈ ਸੀ, ਕਹਿੰਦੇ ਕਿ ਇੱਕ CDPO ਨੇ ਪਿਛਲੇ ਦਿਨੀ ਇੱਕ ਗੋਲੀ ਵਗੈਰਾ ਵੀ ਕਹਿੰਦੇ ਉਹ ਚਲਾ ਦਿੱਤੀ ਸੀ, ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ, ਇਸ ਅਫਸਰ ਤੇ ਇੰਨੀ ਜਲਦੀ ਕਾਰਵਾਈ ਕਿਉਂ ਜੀ? ਇੱਕ ਨਾ ਜੀ, ਜਦੋਂ ਦੀ ਮੈਂ ਇਹ ਕੱਲ੍ਹ ਖਬਰ ਕੀਤੀ ਹੈ, ਮੇਰੇ ਕੋਲ ਕੁਝ ਤੁਹਾਡੇ ਮਹਿਕਮੇ ਦੇ ਘਪਲੇ ਹੋਰ ਆਏ ਆ। ਇੱਕ ਤਾਂ ਜੀ ਸੈਨੇਟਰੀ ਨੈਪਕਿਨ ਦੀ ਵਿੱਚ ਕਹਿੰਦੇ ਜਿਹੜੀ ਇਹ ਹੋਈ ਹੈ ਖਰੀਦਦਾਰੀ, ਉਹਦੇ ਵਿੱਚ ਕਾਫ਼ੀ ਵੱਡਾ ਘਪਲਾ, ਇਹਦੇ ਵਿੱਚ ਕੁਝ ਕੰਟੇਨਰ ਕਹਿੰਦੇ 14-15 ਦੇ ਵਿੱਚ ਖਰੀਦੇ ਗਏ ਸੀ। ਆਂਗਣਵਾੜੀ ਰਜਿਸਟਰ ਜਿਹੜੇ ਉਹ ਕੁਝ ਉਹ ਜਿਹੜੇ ਤੁਸੀਂ ਦਿੰਦੇ ਹੋ ਮਹਿਕਮੇ ਦੇ, ਤੁਹਾਨੂੰ ਜ਼ਿਆਦਾ ਪਤਾ, ਉਹਦੇ 'ਚ ਕੋਈ ਘਪਲਾ ਹੈ? ਉਹਦੇ ਤੱਕ ਜਿਹੜਾ ਰਿਕਾਰਡ ਸਾਡੇ ਘਰ ਤੱਕ ਪਹੁੰਚਿਆ, ਜੇ ਤੁਸੀਂ ਭਰੋਸਾ ਦਵਾਉਂਦੇ ਹੋ ਜੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਹਾਂ ਤਾਂ ਕਾਰਵਾਈ ਕਰੋਗੇ ਜੀ ਢੁੱਕਵੀ? ਇਹ ਕੋਈ ਨਵੀਆਂ ਗੱਲਾਂ ਨਹੀਂ ਸੁਖਿੰਦਰ। ਸਾਡੇ ਨਾਲ ਮੈਡਮ ਡਾਕਟਰ ਬਲਜੀਤ ਕੌਰ ਜੁੜ ਚੁੱਕੇ ਨੇ, ਮੰਤਰੀ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਜਿਹੜਾ ਪੰਜਾਬ ਦੇ ਵਿੱਚ ਇਸ ਵਕਤ ਮਸਲਾ ਜਿਹੜਾ ਕਾਫ਼ੀ ਜ਼ਿਆਦਾ ਭਖਿਆ, ਜਿਹੜਾ ਕਿ ਆਂਗਣਵਾੜੀ ਦੇ ਵਿੱਚ ਖਰਾਬ ਖਾਣਾ ਜਿਹੜਾ ਉਹ ਪਹੁੰਚ ਰਿਹਾ ਔਰ ਇੱਕ ਅਫਸਰ ਵੀ ਸਸਪੈਂਡ ਕੀਤਾ, ਉੱਤੇ ਗੱਲਬਾਤ ਕਰਦੇ ਹਾਂ। ਮੈਡਮ ਸਵਾਗਤ ਹੈ ਜੀ ਤੁਹਾਡਾ ਰੋਜ਼ਾਨਾ ਲੋਕਨਾ ਟੀਵੀ 'ਤੇ।
ਥੈਂਕ ਯੂ ਜੀ, ਥੈਂਕ ਯੂ। ਮੈਡਮ, ਜਿਹੜਾ ਇਹਨੇ ਦਿਨੀ ਕਾਫੀ ਜ਼ਿਆਦਾ ਮਸਲਾ ਭਖਿਆ ਹੋਇਆ ਜੀ ਕਿ ਪੰਜਾਬ ਦੇ ਅੰਦਰ ਆਂਗਣਵਾੜੀ ਸੈਂਟਰਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਖਾਣਾ ਉਹ ਖਰਾਬ ਪਹੁੰਚ ਰਿਹਾ, ਚਾਹੇ ਉਹ ਖਿਚੜੀ ਲਾ ਲਓ, ਚਾਹੇ ਤੁਸੀਂ ਉਹ ਕਹਿ ਲਓ ਕਿ ਪੰਜੀਰੀ ਹੈ, ਔਰ ਜਿੱਥੇ ਇਹ ਵਿਰੋਧੀ MP ਜਿਹੜੇ ਹੈਗੇ ਨੇ ਤੁਹਾਡੇ ਕਾਂਗਰਸ ਦੇ, ਡਾਕਟਰ ਧਰਮਵੀਰ ਗਾਂਧੀ, ਉਹਨਾਂ ਨੇ ਵੀ ਤੁਹਾਨੂੰ ਲੈਟਰ ਲਿਖੀ ਹੈ, ਔਰ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਇੱਕ ਚਿੱਠੀ ਕੇਂਦਰ ਨੂੰ ਲਿਖੀ ਹੈ, ਔਰ ਇੱਥੋਂ ਤੱਕ ਕਿ ਤੁਹਾਡੇ ਆਪਣੇ ਮਹਿਕਮੇ ਦੇ ਅਫਸਰ ਵੀ ਇਸ ਗੱਲ ਨੂੰ ਲੈ ਕੇ ਹਾਮੀ ਭਰ ਰਹੇ ਨੇ ਕਿ ਖਰਾਬ ਖਾਣਾ ਜਿਹੜਾ ਆ ਰਿਹਾ, ਔਰ ਆਂਗਣਵਾੜੀ ਵਰਕਰ ਵੀ ਇਸ ਗੱਲ ਦੀ ਹਾਮੀ ਭਰ ਰਹੇ ਨੇ, ਬਹੁਤ ਥਾਵਾਂ ਤੋਂ ਵੀਡੀਓ ਵੀ ਆਈਆਂ ਨੇ। ਮੈਡਮ, ਇਹ ਕੀ ਕਾਰਨ ਹੈ ਜੀ, ਖਰਾਬ ਖਾਣਾ ਜਿਹੜਾ ਉਹ ਜਾ ਰਿਹਾ ਹੈਗਾ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ, ਔਰ ਜਿਹੜਾ ਅਫਸਰ ਤੁਹਾਨੂੰ ਇਸ ਤੋਂ ਜਾਣੂ ਕਰਵਾ ਰਿਹਾ ਜੀ, ਕਹਿੰਦੇ ਉਹਨੂੰ ਸਸਪੈਂਡ ਕੀਤਾ ਗਿਆ ਜੀ? ਸੁਖਿੰਦਰ ਜੀ, ਕਈ ਵਾਰੀ ਚਲੋ ਮੈਂ ਥੋੜਾ ਜਿਹਾ ਡਿਟੇਲ ਦੇ ਵਿੱਚ ਦੱਸਣਾ ਚਾਹਾਂਗੀ ਕਿ ਕੁਛ ਦਿਨ ਪਹਿਲੇ, ਮਹੀਨਾ ਵੀ ਨੀ ਹੋਇਆ, ਮੈਂ ਸਾਰੀਆਂ ਆਂਗਣਵਾੜੀ ਯੂਨੀਅਨ ਨਾਲ ਮੀਟਿੰਗ ਕੀਤੀ। ਅਸੀਂ ਕਰਦੇ ਜਾਂਦੇ ਹਾਂ ਵਾਰ ਵਾਰ, ਕੋਈ ਫੀਡਬੈਕ ਦਿੰਦੀਆਂ ਜਾਂ ਮੰਗਾਂ ਰੱਖਦੀਆਂ, ਇਸੇ ਤਰ੍ਹਾਂ ਹੀ ਸਾਰੇ CDPO DPO ਨਾਲ ਮੀਟਿੰਗ ਇਕੱਠੀ ਕੀਤੀ ਸੀ। ਮੈਨੂੰ ਲੱਗਦਾ 15-20 ਦਿਨ ਹੀ ਹੋਏ ਹੋਣੇ ਆ, ਤੇ ਉਹਦੇ ਵਿੱਚ ਸਾਰੀ ਡਿਟੇਲ ਡਿਸਕਸ਼ਨ ਇੱਕ ਸਕੀਮ ਨੂੰ ਲੈ ਕੇ ਵੀ ਕਿੱਥੇ ਕੋਈ ਪ੍ਰੋਬਲਮ ਆ ਰਹੀ ਹੈ, ਕਿੱਥੇ ਨਹੀਂ ਆ ਰਹੀ, ਜਾਂ ਕਿੱਥੇ ਹੋਰ ਪ੍ਰੋਗਰੈਸ ਦੀ ਲੋੜ ਹੈ। ਔਰ ਉਹਦੇ ਵਿੱਚ ਕਿਸੇ ਇੱਕ CDPO ਨੇ, ਕਿਸੇ CDPO ਨੇ ਇਹ ਕੁਐਸਚਨ ਹੀ ਨੀ ਅਰਾਈਜ਼ ਕੀਤਾ ਵੀ ਖਾਣੇ ਦੀ ਕੋਈ ਪ੍ਰੋਬਲਮ ਚੱਲ ਰਹੀ ਹੈ। ਉਸ ਤੋਂ ਪਹਿਲਾਂ ਆਂਗਣਵਾੜੀ ਵਰਕਰ ਵੱਲੋਂ ਬਹੁਤ ਵਾਰੀ ਆਉਂਦਾ ਸੀ ਵੀ ਜਿਹੜਾ ਪੰਜੀਰੀ ਹੈ, ਪੰਜੀਰੀ ਦੇ ਟੇਸਟ ਦੇ ਵਿੱਚ ਮਤਲਬ ਸਾਨੂੰ ਫਰਕ ਲੱਗਦਾ, ਔਰ ਉਹਦੇ ਤੇ ਮੈਂ ਮਹਿਕਮੇ ਨੂੰ ਵੀ ਹਦਾਇਤ ਕੀਤੀ ਸੀ ਵੀ ਇਹ ਮਿਲਟਸ ਤੋਂ ਤਿਆਰ ਕੀਤੀ ਜਾਂਦੀ ਹੈ, ਇੰਸਟਰਕਸ਼ਨਸ ਆਫ ਗਵਰਨਮੈਂਟ ਆਫ ਇੰਡੀਆ ਦੀ। ਉਹਨਾਂ ਨੇ ਕਿਹਾ ਕਿ ਮਿਲਟਸ ਐਡ ਕਰੋ, ਤਾਂ ਮਿਲਟਸ ਐਡ ਕਰਨ ਦੇ ਨਾਲ ਜਿਹੜਾ, ਕਿਉਂਕਿ ਮੈਂ ਵੀ ਕਈ ਵਾਰ ਖਾਧੀ ਸੀ ਤਾਂ ਕੁੜੱਤਨ ਜੀ ਮੈਨੂੰ ਵੀ ਮਹਿਸੂਸ ਹੋਈ, ਔਰ ਉਹਨੂੰ ਸੋਚ ਰਹੇ ਸੀ ਵੀ ਇਹਨੂੰ ਆਪਾਂ ਚੇਂਜ ਕਰੀਏ ਜਾਂ ਇਹਨੂੰ ਕਿਵੇਂ ਇਸ ਨੂੰ ਬਦਲੀਏ। ਤਾਂ ਉਸ ਤੋਂ ਬਾਅਦ ਕੀ ਹੁੰਦਾ ਕਿ ਜਿਹੜੇ ਤੁਸੀਂ ਸਸਪੈਂਡ ਕਰਨ ਦੀ ਗੱਲ ਕਰ ਰਹੇ ਹੋ, ਜਾਂ ਪਹਿਲਾਂ ਆਂਗਣਵਾੜੀ ਵਰਕਰ ਜਿਹੜੀ ਸਸਪੈਂਡ ਕੀਤੀ ਗਈ, ਉਹਦਾ ਕਾਰਨ ਹੋਰ ਸੀ ਕਿ ਛੁੱਟੀਆਂ ਲੈ ਕੇ ਪੋਲੀਟੀਕਲ ਐਕਟੀਵਿਟੀਜ਼ ਕਰਨਾ ਔਰ ਬੱਚਿਆਂ ਨੂੰ ਇਗਨੋਰ ਕਰਨਾ। ਔਰ ਉਸ ਐਕਸ਼ਨ ਤੋਂ ਬਾਅਦ ਜੋ ਇੱਕ ਲਗਾਤਾਰ ਸ਼ੁਰੂ ਹੋਇਆ ਕਿ ਡਿਪਾਰਟਮੈਂਟ ਦੇ ਖਿਲਾਫ਼ ਕੁਛ ਨਾ ਕੁਛ ਬੋਲਿਆ ਜਾਵੇ, ਸੋ ਮੈਂ ਕਦੇ ਵੀ ਇਗਨੋਰ ਨੀ ਕੀਤਾ ਜਦੋਂ ਵੀ ਕੋਈ ਮੈਨੂੰ ਕੁਛ ਦੱਸਦਾ। ਮੈਡਮ, ਉਹ ਜਿਹੜਾ ਜੀ, ਉਹ ਜਿਹੜਾ ਮੇਰੇ ਖਿਆਲ ਤੁਸੀਂ ਹਰਗੋਬਿੰਦ ਕੌਰ ਜੀ ਦੀ ਗੱਲ ਕਰ ਰਹੇ ਹੋ, ਮੈਂ CDPO ਵਿਕਰਮਜੀਤ ਸਿੰਘ ਜਿਹੜਾ ਲੇਟੈਸਟ ਸਸਪੈਂਡ ਕੀਤਾ ਗਿਆ ਹੈ, ਮੈਂ ਉਹਦੀ ਗੱਲ ਕਰ ਰਿਹਾ ਜੀ। ਜੋ ਵਿਕਰਮਜੀਤ ਦੀ, ਕਿਉਂਕਿ ਅਸੀਂ ਡਿਪਾਰਟਮੈਂਟ ਦੀਆਂ ਕੀ ਇੰਸਟਰਕਸ਼ਨ ਹੁੰਦੀਆਂ ਵੀ ਜਿਹੜਾ ਵੀ ਖਾਣਾ ਪਹੁੰਚਦਾ DPO ਕੋਲੇ ਪਹੁੰਚਦਾ, CDPO ਨੇ ਅੱਗੋਂ ਆਂਗਣਵਾੜੀ ਸੈਂਟਰ ਚ ਪਹੁੰਚਾਉਣਾ ਹੁੰਦਾ, ਔਰ ਹਦਾਇਤਾਂ ਹੁੰਦੀਆਂ ਕਿ ਸੈਂਟਰ ਚ ਪਹੁੰਚਾਉਣ ਤੋਂ ਪਹਿਲਾਂ ਖਾਣਾ ਚੈੱਕ ਕਰੋ, ਪਹਿਲਾਂ ਤੁਸੀਂ ਆਪਣੇ ਲੈਵਲ ਤੇ। ਕਦੇ ਵੀ ਸੈਂਟਰ ਨੂੰ ਅਸੀਂ ਇਹ ਨੀ ਕਿਹਾ ਵੀ ਖਾਣਾ ਹਰ ਹਾਲਤ ਚ ਪਹੁੰਚਾਓ, ਚਾਹੇ ਮਾੜਾ ਚਾਹੇ ਚੰਗਾ। CDPO DPO ਦਾ ਕੰਮ ਕੀ ਹੁੰਦਾ ਕਿ ਚੈੱਕ ਕਰੋ, ਖਾਣਾ ਕੋਈ ਮਾੜਾ ਹੈ ਤਾਂ ਉਸਨੂੰ ਅੱਗੇ ਨਹੀਂ ਭੇਜਣਾ। ਸੋ ਉਹ ਖਾਣਾ ਚੈੱਕ ਕਰਕੇ ਜਲਦੀ ਬਜਾਏ ਤੁਸੀਂ ਇੱਕ ਆਡੀਓ ਰਿਲੀਜ਼ ਕਰ ਰਹੇ ਹੋ ਗਰੁੱਪਾਂ ਦੇ ਵਿੱਚ ਕਿ ਖਾਣਾ ਚੈੱਕ ਕਰਕੇ ਉਹਦੇ ਚ ਕੋਈ ਨਾ ਕੋਈ ਖਾਮੀ ਲਿਖ ਕੇ ਭੇਜੋ। ਤੁਹਾਨੂੰ ਮੈਂ ਆਡੀਓ ਭੇਜ ਵੀ ਸਕਦੀ ਹਾਂ, ਔਰ ਇਸ ਤਰ੍ਹਾਂ ਦੀ ਐਕਟੀਵਿਟੀ, ਹਾਂ ਵੀ ਕੋਈ ਨਾ ਕੋਈ ਖਾਮੀ ਲਿਖ ਕੇ ਭੇਜੋ ਵੀ ਉਹਨੂੰ ਨਾਰਮਲ ਨੀ ਲਿਖਣਾ। ਸੋ ਉਹ ਚੀਜ਼ ਕਿ ਇੱਕ ਤਰ੍ਹਾਂ ਦਾ ਤੁਸੀਂ ਡਿਪਾਰਟਮੈਂਟ ਦੇ ਵਿਰੁੱਧ ਕਾਰਵਾਈ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਤੁਹਾਡਾ ਡਿਸਿਪਲਿਨਰੀ ਐਕਸ਼ਨ ਹੈ, ਕੋਈ ਇਹ ਨਹੀਂ ਅਸੀਂ ਉਹਨੂੰ ਕਹਿ ਰਹੇ ਵੀ ਗਲਤ। ਪਰ ਮੈਡਮ, ਉਹ ਕਹਿੰਦੇ ਕਿ ਮੇਰੇ ਕੋਲੇ ਕੁਛ ਵੀਡੀਓਜ਼ ਨੇ, ਮੇਰੇ ਕੋਲੇ ਉਹ ਖਾਣਾ ਜਿਹੜਾ ਹੈਗਾ ਪੈਕੇਟ ਮੇਰੇ ਕੋਲੇ ਮੌਜੂਦ ਨੇ ਖਾਣੇ ਵਾਲੇ, ਜਿਹੜੇ ਕਿ ਖਰਾਬ ਨੇ।
ਮੈਂ ਤਾਂ ਉਹੀ ਕਹਿ ਰਹੀ ਹਾਂ ਕਿ ਅਸੀਂ ਕੀ ਕਹਿੰਦੇ ਹਾਂ ਵੀ ਜਿਹੜੇ ਤੁਹਾਨੂੰ ਖਰਾਬ ਲੱਗਦੇ ਆ ਤੁਸੀਂ ਮਹਿਕਮੇ ਨੂੰ ਰਿਪੋਰਟ ਕਰੋ, ਤੁਸੀਂ ਦੱਸੋ ਵੀ ਆਹ ਖਾਣਾ ਖਰਾਬ ਆਇਆ ਜਿੱਥੋਂ ਖਾਣਾ ਆ ਰਿਹਾ। ਜੇ ਮਾਰਕਫੈਡ ਨਾਲ MOU ਹੋਇਆ ਤਾਂ ਅਸੀਂ ਮਾਰਕਫੈਡ ਨੂੰ ਅੱਗੋਂ ਤਾੜਨਾ ਪੱਤਰ ਜਾਰੀ ਕਰੀਏ, ਅਸੀਂ ਮਾਰਕਫੈਡ ਨੂੰ ਕਹਿਣ ਜੋਗੇ ਹੋਈਏ ਵੀ ਤੁਸੀਂ ਇਹ ਕਿਉਂ ਕੀਤਾ। ਤੁਸੀਂ ਉਹ ਸਾਂਭ ਕੇ ਰੱਖੀ ਬੈਠੇ। ਉਹ ਕਹਿੰਦੇ ਕਿ ਪ੍ਰਕਾਸ਼ ਮਸਾਲੇ ਵਾਲੇ ਹੈ, ਕੋਈ ਪ੍ਰਾਈਵੇਟ ਫਰਮ ਹੈ ਜਿਨ੍ਹਾਂ ਤੋਂ ਇਹ ਖਾਣਾ ਜਿਹੜਾ ਸਾਰਾ ਆ ਰਿਹਾ ਜੀ। ਕਹਿੰਦੇ ਕਿ ਜਦੋਂ ਮੈਂ ਮਹਿਕਮੇ ਨੂੰ ਸ਼ਿਕਾਇਤ ਕੀਤੀ ਤਾਂ ਉਹ ਪ੍ਰਾਈਵੇਟ ਫਰਮ ਵਾਲਾ ਮੈਨੂੰ ਫੋਨ ਕਰਕੇ ਕਹਿ ਰਿਹਾ ਕਿ ਯਾਰ ਤੂੰ ਸਾਡੀਆਂ ਸ਼ਿਕਾਇਤਾਂ ਕਿਉਂ ਕਰ ਰਿਹਾ। ਦੇਖੋ ਜੀ, ਹਾਲੇ ਤੱਕ ਕੋਈ ਵੀ ਸ਼ਿਕਾਇਤ ਇਹਨਾਂ ਵੱਲੋਂ ਸਾਨੂੰ ਪ੍ਰਾਪਤ ਨਹੀਂ ਹੋਈ, ਮੇਰੇ ਤੱਕ ਤਾਂ ਕੁਛ ਵੀ ਨਹੀਂ ਪਹੁੰਚਿਆ। ਮੈਂ ਵੀ ਪੁੱਛਿਆ ਸੀਗਾ ਕਿ ਕੋਈ ਇਸ CDPO ਵੱਲੋਂ ਸ਼ਿਕਾਇਤਾਂ ਆਈਆਂ, ਤਾਂ ਮੈਨੂੰ ਇਹੀ ਦੱਸਿਆ ਗਿਆ ਕਿ ਡਿਪਾਰਟਮੈਂਟ ਵਿੱਚ ਕੋਈ ਵੀ ਇਹਨਾਂ ਵੱਲੋਂ ਪੱਤਰ ਨਹੀਂ ਆਇਆ। ਬਾਕੀ ਜੇ ਖਾਣੇ ਦੇ ਸੰਬੰਧ ਚ ਤੁਸੀਂ ਕੁਛ ਲਿਖਦੇ ਹੋ, ਅਸੀਂ ਤਾਂ ਉਹਦੇ ਤੇ ਕਾਰਵਾਈ ਕਰਾਂਗੇ। ਅਸੀਂ ਇਹ ਥੋੜੀ ਕਵਾਂਗੇ ਕਿ ਉੱਲੀ ਲੱਗਿਆ ਖਾਣਾ ਬੱਚਿਆਂ ਨੂੰ ਖਵਾਓ, ਫਿਰ ਉੱਲੀ ਕਿਉਂ ਲੱਗੀ ਹੋਈ ਆ। ਤੁਸੀਂ ਐਕਸਪਾਇਰੀ ਡੇਟ ਪੜ੍ਹੋ, ਐਕਸਪਾਇਰੀ ਵਾਲਾ ਖਾਣਾ ਜੇ ਤੁਸੀਂ ਬੱਚਿਆਂ ਨੂੰ ਪਰੋਸ ਰਹੇ ਹੋ ਤਾਂ ਜ਼ਿੰਮੇਵਾਰ ਕੌਣ ਹੁੰਦਾ? ਇਹ ਤਾਂ ਜਿਹੜੀ ਤੁਸੀਂ ਆਪਣੀ ਜ਼ਿੰਮੇਵਾਰੀ ਹੈ ਉਹਨੂੰ ਭੁੱਲ ਕੇ ਤੁਸੀਂ ਇੱਕ ਮਤਲਬ ਗਲਤ ਪ੍ਰਚਾਰ ਕਰ ਰਹੇ ਹੋ, ਤੇ ਫਿਰ ਉਹਦੇ ਤੇ ਐਕਸ਼ਨ ਤਾਂ ਲੈਣਾ ਪੈਣਾ। ਉਹ ਕਹਿੰਦੇ ਜੀ ਮੈਨੂੰ ਕੋਈ ਅਪੀਲ ਨਹੀਂ, ਕੋਈ ਦਲੀਲ ਨਹੀਂ ਮੇਰੀ ਸੁਣੀ ਗਈ, ਮੈਨੂੰ ਕੋਈ ਨੋਟਿਸ ਨਹੀਂ ਕੱਢਿਆ ਗਿਆ। ਤੇ ਕਹਿੰਦੇ ਕਿ ਮੈਡਮ ਇਹ ਨਹੀਂ ਹੈ, ਉਹਨਾਂ ਨੇ ਇਹ ਵੀ ਗੱਲ ਕਹੀ ਹੈ, ਕਹਿੰਦੇ ਕਿ ਇਹ ਨਹੀਂ ਹੈ ਕਿ ਮੈਡਮ ਬਲਜੀਤ ਕੌਰ ਜਿਹੜੇ ਹੈ ਕਿ ਉਹ ਇਸ ਦੇ ਵਿੱਚ ਸੁਧਾਰ ਦੇ ਲਈ ਕੋਈ ਯਤਨ ਨਹੀਂ ਕਰ ਰਹੇ। ਉਹ ਯਤਨ ਕਰ ਰਹੇ ਆ ਲਗਾਤਾਰ, ਉਹਨਾਂ ਨੇ ਤੁਹਾਡੇ ਬਾਰੇ ਇਹ ਗੱਲ ਕਹੀ ਹੈ, ਪਰ ਉਹ ਕਹਿੰਦੇ ਕਿ ਉੱਥੇ ਕੁਝ ਅਫਸਰਾਂ ਦੀ ਜੁੰਡਲੀ ਇਹੋ ਜਿਹੀ ਹੈ ਜਿਹੜੀ ਮੰਤਰੀ ਸਾਹਿਬ ਤੱਕ ਸੱਚ ਨਹੀਂ ਪਹੁੰਚਣ ਦਿੰਦੀ। ਦੇਖੋ ਮੈਂ ਕਿਸੇ ਕੋਈ ਅਫਸਰ ਮੇਰੇ ਨੇੜੇ ਨਹੀਂ, ਕੋਈ ਦੂਰ ਨਹੀਂ। ਮੈਂ ਹੁਣ ਵੀ ਇਮੀਡੀਏਟਲੀ ਇਸ ਤੇ ਐਕਸ਼ਨ ਲਵਾਂਗੀ ਜਿੱਥੇ ਵੀ। ਜੇ ਉਹ ਇਹ ਗੱਲ ਕਹਿ ਰਹੇ ਅਸੀਂ ਅਫਸਰ ਵੀ ਪੜਤੋਲ ਕਰ ਲਵਾਂਗੇ, ਕਿਹੜੇ ਅਫਸਰ ਆ ਜਿਹੜੇ ਇਹੋ ਜਿਹੇ ਗਲਤ ਮਤਲਬ ਸਰਕਾਰ ਦੀ ਇਮੇਜ ਖਰਾਬ ਕਰਨ ਦੇ ਵਿੱਚ ਲੱਗੇ ਹੋਏ ਆ ਵੀ ਜੇ ਖਾਣਾ ਗਲਤ ਆ ਤਾਂ ਉਹ ਸਾਨੂੰ ਰਿਪੋਰਟ ਨਾ ਕਰੋ। ਮੈਂ ਬਿਲਕੁਲ ਕਿਸੇ ਨੂੰ ਵੀ ਨਹੀਂ ਬਖਸ਼ਾਂਗੀ, ਚਾਹੇ ਉਹ ਮਾਰਕਫੈਡ ਵੱਲੋਂ ਜੇ ਗਲਤ ਸਪਲਾਈ ਆ ਰਹੀ ਆ ਤਾਂ ਅਸੀਂ ਮਾਰਕਫੈਡ ਨੂੰ ਵੀ ਕਿਸੇ ਹਾਲਤ 'ਚ ਨਹੀਂ ਬਖਸ਼ਾਂਗੇ, ਕਿਉਂਕਿ ਇੱਕ ਜ਼ਿੰਮੇਵਾਰੀ ਦਿੱਤੀ ਹੋਈ ਆ ਬੱਚਿਆਂ ਦੀ, ਗਰਭਵਤੀ ਔਰਤਾਂ ਦੀ। ਔਰ ਜਦੋਂ ਪੈਸਾ ਜਾ ਰਿਹਾ, ਔਰ ਪੈਸਾ ਵੀ ਜੋ ਸਰਕਾਰ ਦਾ ਅਸੀਂ ਇਸੇ ਲਈ ਦੇ ਰਹੇ ਹਾਂ ਕਿ ਬੱਚਿਆਂ ਦੀ ਅਸੀਂ ਸਿਹਤ ਲਈ ਦੇ ਰਹੇ ਹਾਂ, ਸਿਹਤ ਦਾ ਖਿਲਵਾੜ ਕਰਨ ਲਈ ਥੋੜੀ ਜਿਹੀ ਦੇ ਰਹੇ ਹਾਂ। ਔਰ ਮੈਂ ਖੁਦ ਇੱਕ ਡਾਕਟਰ ਹਾਂ, ਮੈਂ ਕਿਉਂ ਇਸ ਤਰ੍ਹਾਂ ਦੀ, ਮੈਂ ਕਦੇ ਆਪਣੀ ਪ੍ਰੋਫੈਸ਼ਨ 'ਚ ਨਹੀਂ ਇਸ ਤਰ੍ਹਾਂ ਦੀ ਕੋਈ ਅਣਗਹਿਲੀ ਬਰਦਾਸ਼ਤ ਕੀਤੀ 20 ਸਾਲਾਂ ਦੇ ਵਿੱਚ, ਤੇ ਇੱਥੇ ਕਿਉਂ ਬਰਦਾਸ਼ਤ ਕਰੋ? ਮੈਡਮ ਇੱਥੇ ਥੋੜਾ ਜਿਹਾ ਸਵਾਲ ਇਹ ਹੈ ਕਿ ਇਹਨੇ ਜਿਹੜਾ ਅਫਸਰ ਨੇ, ਤੁਸੀਂ ਕਹਿ ਰਹੇ ਹੋ ਕਿ ਡਿਸਿਪਲਿਨ ਇਨਡਿਸਿਪਲਿਨ ਕ੍ਰੀਏਟ ਕੀਤਾ, ਉਹਦੇ 'ਤੇ ਤਾਂ ਚਲੋ ਕਾਰਵਾਈ ਹੋ ਗਈ, ਜਿਹੜੀ ਖਰਾਬ ਖਾਣੇ ਵਾਲੀ ਗੱਲ ਸਾਹਮਣੇ ਆਈ ਹੈ ਕਿ ਉਹ ਪ੍ਰਾਈਵੇਟ ਫਰਮ ਤੇ ਵੀ ਕੋਈ ਕਾਰਵਾਈ ਕੀਤੀ ਜਾਊ ਜਾਂ ਨਹੀਂ? ਦੇਖੋ ਅਸੀਂ ਮਾਰਕਫੈਡ ਨਾਲ MOU ਕੀਤਾ ਸੀ, ਮਾਰਕਫੈਡ ਨੂੰ ਵੀ ਚਿੱਠੀ ਲਿਖੀ, ਔਰ ਉਹ ਕਹਿ ਰਹੇ ਆ ਕਿ ਜਿਹੜੀ ਪ੍ਰਾਈਵੇਟ ਫਰਮ ਤੋਂ ਅਸੀਂ ਲੈ ਰਹੇ ਹਾਂ, ਬਣਾ ਰਹੇ ਹਾਂ, ਉਹ ਤਾਂ ਮਿਲਕਫੈਡ ਨੂੰ ਵੀ ਦੇ ਰਹੀ ਹੈ, ਉਹ ਹਿਮਾਚਲ 'ਚ ਵੀ ਦੇ ਰਹੀ ਹੈ, ਔਰ ਹਿਮਾਚਲ 'ਚ ਕਹਿੰਦੇ ਉਹ ਬਲੈਕ ਲਿਸਟ ਹੋਈ ਹੈ ਜੀ ਕੰਪਨੀ, ਏਦਾਂ ਦੀ ਵੀ ਗੱਲ ਸਾਹਮਣੇ ਆ ਰਹੀ ਹੈ। ਫਿਲਹਾਲ ਮੈਨੂੰ, ਮੈਂ ਇੰਨੀ ਡਿਟੇਲ ਉਹਨਾਂ ਤੋਂ ਨਹੀਂ ਲਈ, ਮਾਰਕਫੈਡ ਵਾਲੇ ਬੈਟਰ ਜਾਣਦੇ ਹੋਣਗੇ, ਪਰ ਜੇ ਉਹ ਕਰ ਰਹੇ ਆ ਤਾਂ ਉਹਨਾਂ ਤੇ ਵੀ ਕਾਰਵਾਈ ਹੋਣੀ ਬਣਾਉਂਦੀ ਹੈ। ਜੇ ਕੋਈ ਇਸ ਤਰ੍ਹਾਂ ਦੀ ਬਲੈਕ ਲਿਸਟਡ ਕੰਪਨੀ ਤੋਂ ਸਮਾਨ ਜਾ ਰਿਹਾ, ਅਸੀਂ ਆਪਣੇ ਵੱਲੋਂ ਉਹਨਾਂ ਨੂੰ ਚਿੱਠੀਆਂ ਭੇਜ ਚੁੱਕੇ ਹਾਂ, ਅਸੀਂ ਉਹਨਾਂ ਦਾ ਜਵਾਬ ਵੀ ਮੇਰੇ ਕੋਲ ਆ ਗਿਆ ਵੀ ਉਹ ਬਲੈਕ ਲਿਸਟਡ ਨਹੀਂ ਆ। ਪਰ ਜੇ ਕਿਤੇ ਵੀ ਲੱਗਦਾ ਕੋਈ ਗਲਤੀ ਪਾਈ ਜਾਂਦੀ ਹੈ, ਔਰ ਮੈਂ ਸੈਂਪਲਿੰਗ ਵੀ ਕਰਵਾ ਰਹੀ ਹਾਂ ਹਰ ਜਿੱਥੇ ਵੀ ਸੈਂਟਰ ਤੇ ਹੈ, ਔਰ ਅਸੀਂ ਕੱਲ ਇਹ ਵੀ ਇੱਕ ਡਿਸਿਪਲਿਨਰੀ ਐਕਸ਼ਨ ਤੇ ਵੀ ਐਕਸਪਾਇਰਡ ਜਿਹੜਾ ਰਾਸ਼ਨ ਹੈ ਉਹ ਕਿਉਂ ਹੁੰਦਾ ਹੈ, ਕਿਉਂਕਿ ਇਹ CDPO TPO ਦੀ ਜ਼ਿੰਮੇਵਾਰੀ ਬਣਦੀ ਹੈ, ਐਕਸਪਾਇਰਡ ਰਾਸ਼ਨ ਰੱਖਿਆ ਹੀ ਕਿਉਂ ਹੋਇਆ? ਸੋ ਇਹ ਸਾਰਾ
ਮਹਿਕਮੇ ਦੇ ਵਿੱਚ ਵੀ ਜਿਹੜੀਆਂ ਊਣਤ ਆਈਆਂ ਉਹਨਾਂ ਨੂੰ ਸਖਤੀ ਦੇ ਨਾਲ ਨਿਬੜਨੀ, ਕਿਉਂਕਿ ਮੇਰੀ ਜ਼ਿੰਮੇਵਾਰੀ ਹੈ, ਮੈਂ ਕਰਾਂਗੀ। ਜੀ ਜੀ ਬਿਲਕੁਲ। ਇੱਕ ਮੈਡਮ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਕਹਿੰਦੇ ਕਿ ਪਹਿਲਾਂ ਦੇਸੀ ਘਿਓ ਦੀ ਪੰਜੀਰੀ ਜਾਂਦੀ ਸੀ ਅਤੇ ਹੁਣ ਜਿਹੜੀ ਆ ਉਹ ਵੀ ਬਦਲ ਦਿੱਤੀ ਗਈ ਹੈ ਅਤੇ ਉਹ ਵੀ ਰਿਫਾਇੰਡ ਦੀ ਹੁਣ ਜਿਹੜਾ ਖਾਣਾ ਭੇਜਣ ਲੱਗ ਗਿਆ ਜੀ। ਸੁਖਵਿੰਦਰ ਜੀ, ਇਹ ਕਾਫੀ ਦੇਸ਼ ਤੋਂ ਚੱਲ ਰਿਹਾ ਸੀਗਾ, ਬਟ ਮੈਂ ਤੁਹਾਨੂੰ ਇਹ ਦੱਸਦਾ ਕਿ ਪਰ ਬੱਚਾ ਸਾਡੇ ਕੋਲ 60 ਰੁਪਏ ਸਰਕਾਰ ਦਿੰਦੀ ਹੈ, ਗਵਰਨਮੈਂਟ ਆਫ ਇੰਡੀਆ। ਅਸੀਂ ਦੁਬਾਰਾ ਹੁਣ ਵੀ ਕੱਲ ਮੀਟਿੰਗ ਕਰਕੇ ਹੱਡੀ ਵੇਰਕਾ ਦੇ ਨਾਲ ਵੀ ਜੇ ਤੁਸੀਂ ਦੇਸੀ ਪੰਜੀਰੀ ਸਾਨੂੰ ਦੇ ਦਿਓ, ਰੇਟ ਦੇ ਵਿੱਚ ਉਹ ਕਿਤੇ ਵੀ ਸਾਡੇ ਨਾਲ ਕੰਪਰੋਮਾਈਜ਼ ਕਰਨ ਨੂੰ ਤਿਆਰ ਨਹੀਂ ਹੈ। ਪਰ ਜੇ ਕਿਤੇ ਜਿਨ੍ਹਾਂ ਨੂੰ ਦੇਣਾ ਬੈਨੀਫਿਸ਼ਰੀ, ਜੇ ਉਹਨਾਂ ਨੂੰ ਕੋਈ ਕੰਪਲੇਂਟ ਹੈ ਵੀ ਦੇਸੀ ਘਿਓ ਹੀ ਹੈ, ਤਾਂ ਫਿਰ ਅਸੀਂ ਦੇਖਾਂਗੇ ਵੀ 8.5 ਵਿਅਕਤੀ ਇੱਕ ਅੱਧੀ ਆਈਟਮ ਡਿਲੀਟ ਕਰਦੀ ਹੈ ਉਹਦੇ ਵਿੱਚੋਂ, ਤਾਂ ਇਹਦੇ ਵਿੱਚ ਦੇਸੀ ਘਿਓ ਐਡ ਕਰੀਏ, ਕਿਉਂਕਿ ਪੈਸੇ ਤਾਂ ਉਨੇ ਕੋ ਹੀ ਨੇ। ਅਸੀਂ ਤਾਂ ਗਵਰਨਮੈਂਟ ਆਫ ਇੰਡੀਆ ਤੋਂ ਵੀ ਮੰਗ ਕਰਦੇ ਹਾਂ ਕਿ ਪੈਸੇ ਵਧਾਓ, ਅਸੀਂ ਹੋਰ ਕੁਛ ਐਡ ਕਰੀਏ। ਅਗਰ ਦੇਸੀ ਘਿਓ ਦੀ ਪੰਜੀਰੀ ਹੀ ਮੇਨ ਹੁੰਦਾ ਹੈ ਤਾਂ ਦੇਸੀ ਘਿਓ ਦੀ ਪੰਜੀਰੀ ਐਡ ਕਰਕੇ ਹੋਰ ਆਈਟਮ ਪਿਛਲੇ ਦਿਨੀ ਇੱਕ ਗੋਲੀ ਵਗੈਰਾ ਵੀ ਕਹਿੰਦੇ ਉਹ ਚਲਾ ਦਿੱਤੀ ਸੀ, ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ, ਇਸ ਅਫਸਰ ਤੇ ਇੰਨੀ ਜਲਦੀ ਕਾਰਵਾਈ ਕਿਉਂ ਜੀ? ਮਸਲਾ ਹੋਏਗਾ, ਅਸੀਂ SSP ਨੂੰ ਵੀ ਲਿਖਿਆ ਸੀ ਵੀ ਦੁਬਾਰਾ ਦੀ ਕਾਰਵਾਈ ਕੀਤੀ ਜਾਵੇ, ਔਰ ਉਹ ਡਿਊਟੀ ਤੇ ਵੀ ਨਹੀਂ ਆ ਰਿਹਾ। ਕਾਰਵਾਈ ਜੋ ਡਿਸਿਪਲਿਨਰੀ ਹੈ, ਅਸੀਂ ਰਿਪੋਰਟਾਂ ਵੀ ਮੰਗੀਆਂ DC ਨੇ, ਸਾਨੂੰ ਇਹਦੇ ਵਿੱਚ ਕੋਈ ਜਵਾਬ ਨਹੀਂ ਦਿੱਤਾ ਵੀ ਇਹਦੇ ਕੀ ਕਰਨਾ ਚਾਹੀਦਾ। ਕਿਉਂ ਕਰ ਰਿਹਾ, ਮਤਲਬ ਜਾਂ ਤਾਂ ਕਹੇ ਵੀ ਸਹੀ ਰਿਪੋਰਟ ਤੋਂ, ਫਿਰ ਤਾਂ ਮੈਂ ਮੰਨ, ਉਹ ਕਹਿ ਰਿਹਾ ਵੀ ਕੋਈ ਨਾ ਕੋਈ ਖਾਮੀ ਜ਼ਰੂਰ ਕੱਢ ਕੇ ਜੋ ਇਸ ਚੀਜ਼ ਦਾ ਕੀ ਮਤਲਬ ਹੈ। ਬਾਕੀ ਐਕਸ਼ਨ ਹਰੇਕ ਤੇ ਲਿਆ ਜਾਂਦਾ ਔਰ ਸੁਣਵਾਈ ਵੀ ਹਰੇਕ ਤੋਂ ਹੋਏਗੀ। ਜੇ ਇਹਨੂੰ ਲੱਗਦਾ ਵੀ ਮੈਂ ਠੀਕ ਹਾਂ, ਅਸੀਂ ਵੀ ਇਹਨੂੰ ਸੁਣਵਾਈ ਦਾ ਮੌਕਾ ਵੀ ਦੇਵਾਂਗੇ, ਕੋਈ ਐਸੀ ਗੱਲ ਨਹੀਂ ਹੈ ਵੀ। ਪਰ ਜਦੋਂ ਕੋਈ ਸਿੱਧਾ ਹੀ ਮਹਿਕਮੇ ਦੇ ਵਿੱਚ ਰਹਿ ਕੇ ਔਰ ਕੋਈ ਗਲਤ ਬਿਆਨਬਾਜ਼ੀ ਔਰ ਜਿਹਦਾ ਕੋਈ ਤੱਥਾਂ ਨਾਲ ਸੰਬੰਧ ਨਹੀਂ ਹੈ, ਤਾਂ ਫਿਰ ਉਹਦੇ ਤੇ ਕਾਰਵਾਈ ਕਰਨੀ ਪੈਣੀ ਹੈ। ਇੱਕ ਸਵਾਲ ਹੋਰ ਹੈ ਜੀ, ਮੈਂ ਉਮੀਦ ਕਰਦਾ ਕਿ ਤੁਸੀਂ ਭਰੋਸਾ ਦਿਓਗੇ। ਇੱਕ ਨਾ ਜੀ, ਜਦੋਂ ਦੀ ਮੈਂ ਇਹ ਗੱਲ ਖਬਰ ਕੀਤੀ ਹੈ, ਮੇਰੇ ਕੋਲ ਕੁਝ ਤੁਹਾਡੇ ਮਹਿਕਮੇ ਦੇ ਕੱਪੜੇ ਹੋਰ ਆਏ ਆ, ਹਾਲਾਂਕਿ ਉਹ ਤੁਹਾਡੇ ਕਾਰਜਕਾਲ ਤੋਂ ਪਹਿਲਾਂ ਦੇ ਹੈ, ਪਰ ਉਮੀਦ ਤੁਹਾਡੇ ਤੋਂ ਇਹੀ ਕਰਾਂਗੇ ਕਿ ਤੁਸੀਂ ਇਹਦੇ 'ਤੇ ਕਾਰਵਾਈ ਕਰੋਗੇ। ਇੱਕ ਤਾਂ ਜੀ ਸੈਨੇਟਰੀ ਨੈਪਕਿਨ ਦੀ ਵਿੱਚ ਕਹਿੰਦੇ ਜਿਹੜੀ ਇਹ ਹੋਈ ਹੈ ਖਰੀਦਦਾਰੀ, ਉਹਦੇ ਵਿੱਚ ਕਾਫੀ ਵੱਡਾ ਘਪਲਾ, ਇਹਦੇ ਵਿੱਚ ਕੁਝ ਕੰਟੇਨਰ ਕਹਿੰਦੇ 14-15 ਦੇ ਵਿੱਚ ਖਰੀਦੇ ਗਏ ਸੀ। ਆਂਗਣਵਾੜੀ ਰਜਿਸਟਰ ਜਿਹੜੇ ਉਹ ਕੁਝ ਉਹ ਜਿਹੜੇ ਤੁਸੀਂ ਦਿੰਦੇ ਹੋ ਮਹਿਕਮੇ ਦੇ, ਤੁਹਾਨੂੰ ਜ਼ਿਆਦਾ ਪਤਾ, ਉਹਦੇ 'ਚ ਕੋਈ ਘਪਲਾ ਹੈ? ਉਹਦੇ ਤੱਕ ਜਿਹੜਾ ਰਿਕਾਰਡ ਸਾਡੇ ਤੱਕ ਪਹੁੰਚਿਆ, ਜੇ ਤੁਸੀਂ ਭਰੋਸਾ ਦਿਵਾਉਂਦੇ ਹੋ ਜੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਹਾਂ, ਤਾਂ ਕਾਰਵਾਈ ਕਰੋਗੇ ਜੀ ਢੁੱਕਵੀਂ? ਇਹ ਕੋਈ ਨਵੀਆਂ ਗੱਲਾਂ ਨੀ ਸੁਖਵਿੰਦਰ, ਸੈਨੇਟਰੀ ਨੈਪਕਿਨ ਵਾਲਾ ਉਦੋਂ ਤੋਂ ਜਦੋਂ ਤੋਂ ਮੈਂ ਆਈ ਆ, ਜਦੋਂ ਮੇਰੇ ਧਿਆਨ ਚ ਆਇਆ ਸੀਗਾ, ਅਸੀਂ ਵਿਜੀਲੈਂਸ ਕੋਲ ਇਨਕੁਆਇਰੀ ਚੱਲਦੀ ਹੈ, ਆਲਰੇਡੀ ਵਿਜੀਲੈਂਸ ਕੋਲ ਗਿਆ ਹੋਇਆ ਕੇਸ ਜੀ, ਤਾਂ ਉਹ ਪ੍ਰੋਸੀਡਿੰਗ ਤਾਂ ਉਹੀ ਕਰ ਰਹੇ ਨੇ ਜੀ। ਔਰ ਜਿਹੜੀ ਕੰਟੇਨਰਸ ਵਾਲੀ ਹੈ, ਇਹ ਵੀ ਇਨਕੁਆਇਰੀ ਪਹਿਲਾਂ ਤੋਂ ਚੱਲ ਰਹੀ ਹੈ, ਮੇਰੇ ਆਉਣ ਤੋਂ ਪਹਿਲਾਂ ਵੀ ਚੱਲ ਰਹੀ ਹੈ ਜੀ। ਔਰ ਲਰਨਿੰਗ ਕਿਟਸ ਔਰ ਖਾਣੀ ਕੇ ਜਿੰਨੀ ਜਿੰਨੀ ਵੀ ਖਰੀਦ ਹੋਈ ਹੈ, ਉਹਦੀਆਂ ਇਨਕੁਆਇਰੀਜ਼ ਮੈਨੂੰ ਪਿਛਲੀ ਸਰਕਾਰ ਤੋਂ ਹੀ ਮਿਲੀਆਂ ਨੇ, ਔਰ ਉਹ ਮੈਂ ਇਨ ਪ੍ਰੋਸੀਡਿੰਗ ਨੇ, ਜਿਵੇਂ ਜਿਵੇਂ ਜਿਸ ਕਿਸੇ ਦਾ ਦੋਸ਼ ਹੈ
ਉਹਨੂੰ ਸਜ਼ਾ ਵੀ ਦਿੱਤੀ ਜਾ ਰਹੀ ਹੈ, ਔਰ ਜਿਹੜੇ ਨਿਰਪੱਖ ਜਿਨ੍ਹਾਂ ਦੀ ਜਾਂਚ ਕੀਤੀ ਗਈ ਹੈ, ਜਿਨ੍ਹਾਂ ਦਾ ਕਹਿ ਲਓ ਵੀ ਜਿਨ੍ਹਾਂ ਦਾ ਕੋਈ ਦੋਸ਼ ਨਹੀਂ ਪਾਇਆ ਗਿਆ, ਉਹਨਾਂ ਨੂੰ ਅਸੀਂ ਬਰੀ ਵੀ ਕੀਤਾ ਹੈ। ਸੋ ਇਹ ਕੰਟੀਨਿਊਸਲੀ ਚੱਲ ਰਹੀ ਹੈ, ਕੋਈ ਐਂ ਨੀ ਵੀ ਰੁਕਿਆ ਹੋਇਆ ਕੰਮ ਹੈ, ਰਜਿਸਟਰ ਵਾਲੀ ਵੀ ਚੱਲ ਰਹੀ ਹੈ। ਸੋ ਜਿੱਥੇ ਕਿਤੇ ਵੀ ਲੱਗਦਾ ਵੀ ਕੁਛ ਗਲਤ ਹੈ, ਔਰ ਇਹਦੇ ਲਈ ਵੀ ਅਸੀਂ ਇਨਕੁਆਇਰੀ ਕਰਾਂਗੇ, ਜੇ ਕੋਈ ਰਾਸ਼ਨ ਦੇ ਵਿੱਚ ਘਪਲਾ ਆਇਆ ਤਾਂ ਇਹਦੀ ਵੀ ਇਨਕੁਆਇਰੀ ਬਿਠਾਉਣ ਜਾ ਰਹੇ ਹਾਂ ਬਹੁਤ ਜਲਦ। ਜੀ ਮੈਡਮ, ਬਹੁਤ ਧੰਨਵਾਦ ਜੀ, ਤੁਸੀਂ ਕੀਮਤੀ ਸਮਾਂ ਦਿੱਤਾ, ਆਸ ਕਰਦੇ ਹਾਂ ਕਿ ਇਹ ਸਾਰਾ ਕੁਝ ਜਿਹੜਾ ਠੀਕ ਠਾਕ ਮਹਿਕਮੇ ਅੰਦਰ ਹੋ ਜਾਊਗਾ ਜੀ। ਥੈਂਕ ਯੂ, ਧੰਨਵਾਦ ਜੀ, ਧੰਨਵਾਦ।